ਅੱਜ ਕਿਸ ਤਰ੍ਹਾਂ ਲੱਗਦਾ ਜਦੋਂ ਮਨਪ੍ਰੀਤ ਮੰਨੂ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਪਿੰਡ ਤੁਸੀਂ ਆਂਢੀ ਗੁਆਂਢੀ ਦੇ ਪਰਿਵਾਰ ਇਕੱਲੇ ਸੁਣਦੇ ਸਾਨੂੰ ਤਾਂ ਐ ਲੱਗਦਾ ਹੈ ਲੱਗਦਾ ਕਿਸੇ ਨੂੰ ਮਿਲਣਾ ਚਾਚਾ ਕਿਵੇਂ ਠੀਕ ਆ ਠੀਕ ਆ ਚਾਚਾ ਉਹਦਾ ਪਿਓ ਦੇ ਚਾਚੇ ਲੱਗਦੇ ਸੀ ਠੀਕ ਸੀ ਬੰਦੇ ਵਧੀਆ ਸੀ ਲੱਗਦਾ ਜਿਹੜੀ ਗੈਂਗਸਟਰ ਦੀ ਦੁਨੀਆ ਮਾੜੀ ਹੁੰਦੀ ਆ ਅੱਜ ਪਰਿਵਾਰ ਵੀ ਰੁਲ ਗਿਆ ਆਪ ਵੀ ਇੱਕ ਮੌਤ ਦੇ ਘਾਟ ਤਾਰ ਗਿਆ ਉਹਨੂੰ ਇੱਕ ਲਾਲਚ ਦਿੱਤਾ ਗਿਆ ਪੈਸੇ ਧੇਲੇ ਦਾ ਲਾਲਚ ਦਿੱਤਾ ਦਿੰਦਾ ਨਾ ਜਦੋਂ ਬੰਦਾ ਉਦੋਂ ਹੀ ਇਹੋ ਜਿਹਾ ਕੰਮ ਕਰਦਾ ਹੁੰਦਾ ਹੋਰ ਵੀ ਆ ਕੋਈ ਜਾਂ ਉੱਠੂਗਾ ਜਾਂ ਉੱਠਿਆ ਪਹਿਲਾਂ ਵੀ ਉੱਠਿਆ ਉਹ ਲਾਲਚ ਤੋਂ ਬਗੈਰ ਨਹੀਂ ਉੱਠਦਾ ਬੰਦਾ ਇਹ ਹੁਣ ਇਸ ਪੰਗੇ 'ਚ ਪੈ ਗਿਆ ਜਾਂ ਸੂਤੇ 'ਚ ਤੇ ਪਹਿਲਾਂ ਵਧੀਆ ਸੀ ਆਪਦਾ ਪੇਟੀਆਂ ਕੁਰਸੀਆਂ ਸਾਰਾ ਕੁਛ ਬਣਾਉਂਦੇ ਸੀ ਲੱਕੜੀ ਦਾ ਸਮਾਨ ਮਿਹਨਤੀ ਸੀ ਪੂਰੇ ਬੈੱਡ ਬਣਾਉਂਦੇ ਸੀ ਬੈੱਡ ਚੌਕੀ ਦੇ ਬਣਾਉਂਦੇ ਸੀ ਸ਼ੀਸ਼ਿਆਂ ਸ਼ੂਸ਼ਿਆਂ ਵਾਲੇ ਲਾ ਕੇ ਢੋਆ ਢੋਆ ਕੋਈ ਨਸ਼ਾ ਵੀ ਨਹੀਂ ਖਾਂਦੇ ਸੀ ਉਹ ਜਮੇ ਇਹ ਤਾਂ ਮਗਰੋਂ ਸ਼ਰਾਬ ਆਹ ਪੰਗੇ 'ਚ ਪਏ ਫਿਰ ਸ਼ਰਾਬ ਪੀਣੀ ਸ਼ਰਾਬ ਨਹੀਂ ਪੀਂਦੇ ਸੀ ਉਹਦਾ ਪਿਓ ਵੀ ਨਰਮਾ ਵਿਚਾਰਾ ਮਾਂ ਵੀ ਨਰਮਾ ਸਾਰੇ ਭਰਾ ਵੀ ਨਰਮਾ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਜਿਹੜੇ ਨੌਜਵਾਨ ਅੱਜ ਕੱਲ੍ਹ ਦੇ ਨਾ ਨੌਜਵਾਨਾਂ ਨੂੰ ਕੀ ਕਹੀਏ ਅਸੀਂ ਤਾਂ ਕਹਿੰਦੇ ਨਸ਼ਾ ਖਾਓ ਨਾ ਤੁਸੀਂ